ਇਹਦੇ ਵਿੱਚ ਉਹ ਫੀਚਰ ਨੇ ਜਿਹੜੇ ਅੱਜ ਆਉਂਦੇ ਨੇ। ਜਾ ਰਹੀ ਆ ਪਿੱਛੇ, ਪਰ ਤੁਸੀਂ ਧੱਕ ਦੇਖੋ ਕਿੰਨੀ ਪੈਂਦੀ ਆ। ਫੇਰ ਆਪਾਂ ਵਜਾ ਕੇ ਦੇਖਾਂਗੇ ਤਾਂ ਪਟਾਕਾ। ਆਵਾਜ਼ ਦੇਖੋ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦਾ ਵਲੌਗ ਕਰਦੇ ਹਾਂ ਆਪਾਂ ਸਟਾਰਟ ਗੱਡੀ ਦੇ ਵਿੱਚ। ਪਹਿਲਾਂ ਨਾ ਪਤਾ ਕੀ ਹੋ ਗਿਆ, ਤਿਆਰ ਹੋ ਗਏ ਫਟਾਫਟ, ਮੈਂ ਘਰੋਂ ਸਟਾਰਟ ਕਰਨਾ ਭੁੱਲ ਗਿਆ। ਮੈਂ ਜਾ ਰਿਹਾ ਅੱਜ ਆਪਣਾ ਇੱਕ ਫਰੈਂਡ ਆਪਣੇ ਘਰ ਆਇਆ ਸੀਗਾ, ਯੂਟਿਊਬ ਤੋਂ ਦੇਖ ਕੇ ਬਾਈ ਆਪਣੇ ਘਰ ਆਇਆ, ਆਪਾਂ ਨੂੰ ਭੋਗ 'ਤੇ ਇਨਵਾਈਟ ਕਰਿਆ ਉਹਨੇ, ਅਤੇ ਖੁਸ਼ੀ ਦਾ ਪਾਠ ਸੀਗਾ ਸੁਖਮਨੀ ਸਾਹਿਬ ਦਾ। ਮੈਂ ਸਬਸਕ੍ਰਾਈਬਰ ਨਹੀਂ ਕਹਿੰਦਾ, ਪਰ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਨੇ ਆਪਾਂ ਉਹਨਾਂ ਨੂੰ ਫਰੈਂਡ ਮੰਨਦੇ ਹਾਂ, ਯੂਟਿਊਬ ਫੈਮਿਲੀ ਮੰਨਦੇ ਹਾਂ, ਹੈ ਨਾ। ਅਤੇ ਆਪਣਾ ਫਰੈਂਡ ਆਇਆ ਸੀਗਾ, ਉਹਦੇ ਘਰ ਚੱਲਦੇ ਹਾਂ, ਅਤੇ ਉਹਨੇ ਇਨਵਾਈਟ ਕਰਿਆ ਸੀ। ਪਹੁੰਚ ਕੇ ਕਰਾਂਗੇ ਗੱਲ ਤੁਹਾਡੇ ਨਾਲ, ਅਤੇ ਮੈਂ ਚਲਾ ਰਿਹਾ ਹੁਣ ਗੱਡੀ, ਚਲਾਈਏ ਧਿਆਨ ਨਾਲ ਗੱਡੀ, ਹੈ ਨਾ। ਹਾਂਜੀ ਗਾਇਜ਼, ਮੈਂ ਪਹੁੰਚ ਗਿਆ ਸੀਗਾ ਇਹਨਾਂ ਦੇ ਘਰੇ, ਅਤੇ ਡੈਸਟੀਨੇਸ਼ਨ 'ਤੇ ਪਹੁੰਚ ਗਿਆ। ਲੋਕੇਸ਼ਨ ਲਾਈ ਹੋਈ ਸੀਗੀ, ਫਿਰ ਵੀ ਥੋੜ੍ਹਾ ਜਿਹਾ ਫਰਕ ਪੈ ਗਿਆ, ਘਰ ਲੱਭਣ 'ਚ ਮੁਸ਼ਕਲ ਆ ਗਈ ਸੀ। ਅਤੇ ਚਲ ਬਾਈ ਨੇ ਫੋਨ ਕਰਕੇ ਦੱਸਤਾ, ਅਤੇ ਚਲੋ ਆਪਾਂ ਮੱਥਾ ਟੇਕ ਲਈਏ ਪਹਿਲਾਂ। ਭੋਗ ਤੋਂ ਤਾਂ ਮੈਂ ਆ ਗਿਆ, ਪ੍ਰਸ਼ਾਦ ਦਾ ਛਕ ਲਿਆ ਸੀ, ਅਤੇ ਬਹੁਤ ਵਧੀਆ ਕੀਤਾ ਹੋਇਆ ਸੀ ਪ੍ਰੋਗਰਾਮ ਬਾਈ ਨੇ, ਅਤੇ ਚਲੋ ਉੱਥੋਂ ਮੈਂ ਵਾਪਸ ਆ ਗਿਆ। ਵੀਡੀਓ ਪੂਰੀ ਦੇਖਿਓ, ਲਾਈਕ ਸ਼ੇਅਰ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ, ਠੀਕ ਹੈ। ਅਤੇ ਜਿਹੜਾ ਨਵਾਂ ਆਉਂਦਾ ਵੀਰੇ, ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਠੀਕ ਹੈ। ਸਬਸਕ੍ਰਾਈਬ ਕਰੇ ਬਿਨਾਂ ਨਾ ਮੁੜਿਆ ਕਰੋ। ਇੱਥੇ ਆਪਣਾ ਪੁਰਾਣਾ ਘਰ ਹੁੰਦਾ ਸੀਗਾ, ਅਤੇ ਘਰ ਮੈਂ ਤੁਹਾਨੂੰ ਦਿਖਾਊਂਗਾ, ਉਹ ਵਲੌਗ ਆਪਾਂ ਫਿਰ ਕਦੇ ਬਣਾਵਾਂਗੇ, ਪਰ ਮੈਂ ਅੱਜ ਕੰਮ ਹੋਰ ਆਇਆ, ਅਤੇ ਅੱਜ ਆਪਾਂ ਆਹ ਮੁੰਡੇ ਦੀ ਗੱਡੀ ਲੈ ਕੇ ਜਾਣੀ ਆ। ਹੈਲੋ, ਉਰਿਆ ਉਰਿਆ, ਅੱਜ ਇਹਦੇ ਪਾਪਾ ਦੀ ਗੱਡੀ ਲੈ ਕੇ ਜਾਣੀ, ਜਾਣੀ ਇਹਦੀ ਗੱਡੀ ਲੈ ਕੇ ਜਾਣੀ ਆਪਾਂ ਨੇ, ਅਤੇ ਇਹਦੀ ਗੱਡੀ ਦਾ ਆਪਾਂ ਚਲਾਵਾਂਗੇ, ਅਤੇ ਤੁਹਾਨੂੰ ਦਿਖਾਵਾਂਗੇ ਗੱਡੀ, ਆਪਦੇ ਟਾਈਮ ਦੀ ਇੱਕ ਨਾ ਰਾਣੀ ਗੱਡੀ ਆ, ਅਤੇ ਤੁਹਾਨੂੰ ਦਿਖਾਵਾਂਗੇ ਵੀ ਅੱਜ ਵੀ ਉਹਦਾ ਨਾ ਕਿੰਨੇ ਫੀਚਰ ਨੇ ਉਹਦੇ ਵਿੱਚ, ਅਤੇ ਕਿੰਨੀ ਵਧੀਆ ਗੱਡੀ ਆ, ਠੀਕ ਹੈ। ਠੀਕ ਹੈ ਜੀ, ਅਤੇ ਲਾਈਕ ਸ਼ੇਅਰ ਕਰ ਦਿਓ, ਕਹਿ ਦੇ ਲਾਈਕ ਸ਼ੇਅਰ ਕਰ। ਹਾਂ, ਵੈਰੀ ਗੁੱਡ, ਅਤੇ ਚਲੋ ਕੱਢਦੇ ਹਾਂ ਗੱਡੀ, ਠੀਕ ਹੈ। ਬਾਈ ਨੂੰ ਕਹਿਣਾ ਵੀ ਗੱਡੀ ਕੱਢ ਕੇ ਦੇ, ਅਤੇ ਲੈ ਕੇ ਚੱਲੀਏ ਫਿਰ। ਉਹ ਕੱਢ ਲਈ ਗੱਡੀ ਉਹਨੇ, ਲੰਬੀ ਹੈ ਬਹੁਤ ਆ ਗੱਡੀ, ਬਾਹਲੀ ਲੰਬੀ ਆ ਗੱਡੀ, ਇੱਥੋਂ ਮਤਲਬ ਹਰੇਕ ਬੰਦੇ ਤੋਂ ਨਹੀਂ ਮੁੜਦੀ ਹੈਗੀ। ਅਤੇ ਚੱਲ ਮੈਂ ਇਹਨੂੰ ਮਾੜਾ ਜਿਹਾ ਕਢਵਾ ਲਵਾਂ ਗੱਡੀ, ਤਾਂ ਹੀ ਮੈਂ ਕਿਹਾ, ਮੈਂ ਕਿਹਾ ਮੈਂ ਨਹੀਂ ਕੱਢਦਾ ਹੈਗਾ। ਅਤੇ ਚਲੋ ਗੱਡੀ ਨਿਕਲ ਗਈ, ਕਿਉਂਕਿ ਮੇਰੇ ਆਪਣੇ ਘਰੇ ਜਗ੍ਹਾ ਖੁੱਲ੍ਹੀ ਆ ਨਾ, ਤਾਂ ਕਰਕੇ ਆਹ ਵੀਰੇ ਦੀ ਗੱਡੀ ਆ, ਫਰੈਂਡ ਆ ਆਪਣਾ, ਖਾਸ ਮਿੱਤਰ ਆ, ਅਤੇ ਜਿੱਥੇ ਉਹ ਜਗ੍ਹਾ ਖੁੱਲ੍ਹੀ ਆ ਆਪਾਂ ਉੱਥੇ ਖੜ੍ਹਾ ਕੇ ਇਹਦਾ ਮੁਆਇਨਾ ਕਰਾਂਗੇ, ਠੀਕ ਹੈ। ਅਤੇ ਉੱਥੇ ਦੱਸੂੰਗਾ ਇਹਦੀ ਡਿਟੇਲ ਸਾਰੀ। ਆਹ ਦੇਖੋ, ਕੇਕ ਪਹਿਲਾਂ ਹੀ ਕੱਟਤਾ ਸੀ ਨੇ, ਅਤੇ ਕੇਕ ਪਹਿਲਾਂ ਹੀ ਕੱਟਦਾ ਦੇਖ ਲੈ, ਅਤੇ ਕੇਕ ਹੁਣ ਕੱਟਿਆ ਗਿਆ, ਆਪਦਾ ਆਪਦਾ ਜਾ ਕੇ ਚੱਕ ਲਓ ਭਾਈ, ਠੀਕ ਹੈ। ਅਤੇ ਚਲੋ ਚੱਲੀਏ ਜੀ। ਚਲੋ ਗਾਇਜ਼, ਅਤੇ ਗੱਡੀ ਲੰਬੀ ਬਹੁਤ ਹੈ, ਅਤੇ ਸ਼ਾਨਦਾਰ ਹੈ, ਏ ਸੀ ਬੜਾ ਕੰਮ ਦਾ, ਅਤੇ ਫੀਚਰ ਵੀ ਬਹੁਤ ਨੇ, ਠੀਕ ਹੈ ਜੀ। ਪਰ ਜਿਹਦੇ ਹਿਸਾਬ ਨਾਲ ਇਹਦਾ ਮਾਡਲ ਆ ਨਾ, ਹਾਲੇ ਵੀ ਫੀਚਰ ਇਹਦੇ ਨਾ ਬਹੁਤ ਜ਼ਿਆਦਾ ਨੇ। ਅਤੇ ਚਲੋ ਮੈਂ ਗੱਡੀ ਚਲਾ ਲਾਂ। ਸਾਹਿਬ ਮੇਰਾ ਇੱਕੋ ਹੈ, ਉਹ ਹੈਗਾ ਜੀ ਆਪਣੇ ਦੇਸ਼ ਦਾ ਝੰਡਾ। ਆਹ ਦੇਖੋ ਹਰਿਮੰਦਰ ਸਾਹਿਬ ਦੀ ਫੋਟੋ ਲੱਗੀ ਹੋਈ ਹੈ। ਚਲੋ ਆਪਾਂ ਪਹਿਲਾਂ ਬਾਹਰ ਨਿਕਲੀਏ ਗੱਡੀ 'ਚੋਂ, ਅਤੇ ਗੱਡੀ ਆਪਾਂ ਆਪਦੇ ਘਰ ਲਿਆਂਦੀ। ਪਹਿਲਾਂ ਤਾਂ ਮੈਂ ਤੁਹਾਨੂੰ ਇਹਦੀ ਆਊਟਲੁੱਕ ਦਿਖਾਉਣਾ। ਦੇਖੋ ਗੱਡੀ ਤਾਂ ਹੈਗੀ ਆ ਅੱਜ ਤੋਂ ਕਈ ਸਾਲ ਪੁਰਾਣੀ, ਪਰ ਤੁਸੀਂ ਧੱਕ ਦੇਖੋ ਕਿੰਨੀ ਪੈਂਦੀ ਆ, ਪੂਰੀ ਵੱਡੀ ਗੱਡੀ ਲੱਗਦੀ ਆ, ਹੈਵੀ ਬਹੁਤ ਆ, ਪਿਕਅਪ ਬਹੁਤ ਆ। ਜਾਂ ਮੈਂ ਰੇਸ 'ਤੇ ਪੈਰ ਰੱਖਿਆ ਨਾ, ਤਾਂ ਨਿਕਲਦੀ ਆ ਤੁਹਾਨੂੰ, ਪੈਟਰੋਲ ਗੱਡੀ ਆ ਇਹ, ਅਤੇ ਤੁਸੀਂ ਪਿੱਛੋਂ ਲੁੱਕ ਦੇਖ ਸਕਦੇ ਹੋ। ਹੁਣ ਤਾਂ ਇਹ ਹੌਂਡਾ ਅਕੋਰਡ ਆ ਜੀ, ਅਤੇ ਸਟਿੱਕਰ ਬਾਈ ਨੇ ਲਿਖਾਏ ਹੋਏ ਨੇ ਸ਼ਾਇਦ। ਹੁਣ ਤਾਂ ਇਹਦੇ ਕਈ ਮਾਡਲ ਆ ਗਏ ਹੋਣਗੇ, ਨਵੇਂ ਮਾਡਲ ਵੀ ਆਉਂਦੇ ਨੇ, ਪਰ ਇਹਦੇ ਵਿੱਚ ਜਿੰਨੇ ਫੀਚਰ ਮੈਂ ਦੇਖੇ, ਮੈਂ ਆਉਂਦਾ ਸਾਰੀ ਇਲੈਕਟ੍ਰੋਨਿਕ ਆ, ਸਾਰੀ ਆਟੋਮੈਟਿਕ ਆ, ਗੇਅਰ ਮੈਨੂਅਲ ਨੇ, ਪਰ ਜਿਹੜੇ ਫੀਚਰ ਨੇ ਸਾਰੇ ਆਟੋਮੈਟਿਕ ਨੇ। ਗੱਡੀ ਥੋੜ੍ਹੀ ਜਿਹੀ ਧੋਣ ਵਾਲੀ ਹੈ, ਸਾਫ਼ ਨਹੀਂ ਹੈਗੀ ਹਾਲੇ। ਤੁਸੀਂ ਲਾਈਟਾਂ ਤੋਂ ਦੇਖਿਓ, ਆਹ ਲਾਈਟਾਂ ਨੇ ਇੱਥੋਂ ਕਿਵੇਂ ਬਾਹਰ ਨਿਕਲੀ ਹੋਈ ਹੈ, ਚੜ੍ਹਾਈ ਕਿੰਨੀ ਆ ਗੱਡੀ ਦੀ, ਅਤੇ ਲੰਬਾਈ ਦੇਖੋ ਤੁਸੀਂ, ਇੱਥੋਂ ਲੈ ਕੇ ਮੁੱਕਣ 'ਚ ਨਹੀਂ ਆਉਂਦੀ ਹੈਗੀ। ਦੇਖੋ ਬਹੁਤ ਲੰਬਾਈ ਆ, ਬਹੁਤ ਚੌੜਾਈ ਆ ਗੱਡੀ ਦੀ, ਅਤੇ ਆਪਾਂ ਡਿੱਗੀ ਵੀ ਖੋਲ੍ਹ ਕੇ ਦੇਖਾਂਗੇ, ਅਤੇ ਤੁਹਾਨੂੰ ਮੈਂ ਪਹਿਲਾਂ ਅੰਦਰੋਂ ਦਿਖਾ ਦਾਂ ਗੱਡੀ ਹੁਣ, ਹੈ ਨਾ। ਮੈਂ ਬਾਈ ਨੂੰ ਕਿਹਾ, ਮੈਂ ਕਹਿੰਦੇ ਚੌੜੇ ਟਾਇਰ ਅਲਾਈ ਵੀਲ ਪਵਾ ਦੇ, ਉਹ ਕਹਿੰਦਾ ਵੀ ਚੌੜੇ ਟਾਇਰ ਪਵਾ ਕੇ ਥੋੜ੍ਹੇ ਜਿਹੇ ਲੋਅ ਪ੍ਰੋਫਾਈਲ ਅਲਾਈ ਵੀਲ ਪਵਾ ਦਾਂਗੇ, ਫਿਰ ਬਾਹਲੀ ਬੰਬ ਲੱਗੂਗੀ। ਉਹ ਫੀਚਰ ਨੇ ਜਿਹੜੇ ਹੁਣ ਗੱਡੀਆਂ ਦੇ ਵਿੱਚ, ਜਿਵੇਂ ਹੁਣ ਤਾਂ ਚਲੋ ਆਪਾਂ ਕੋਈ ਵੀ ਗੱਡੀ ਲੈਂਦੇ ਹਾਂ, ਹੈ ਨਾ, ਟੋਪ ਮਾਡਲ, ਤਾਂ ਉਹਦੇ ਵਿੱਚ ਨਾ ਉਹ ਵੱਡੇ ਫੀਚਰ ਆਉਣ ਲੱਗ ਗਏ, ਸਾਰੀਆਂ 'ਚ ਹੀ ਆਉਣ ਲੱਗ ਗਏ ਹੁਣ ਤਾਂ। ਇਹਦੇ ਵਿੱਚ ਅੱਜ ਤੋਂ ਕਈ ਸਾਲ ਪਹਿਲਾਂ, ਮੰਨ ਲਓ ਵੀ ਅੱਜ ਤੋਂ 20 ਸਾਲ ਪਹਿਲਾਂ, ਇਹਦੇ ਵਿੱਚ ਉਹ ਫੀਚਰ ਨੇ ਜਿਹੜੇ ਅੱਜ ਆਉਂਦੇ ਨੇ, ਅਤੇ ਠੀਕ ਆ, ਮੈਂ ਤੁਹਾਨੂੰ ਦਿਖਾਉਣਾ। ਫਿਰ ਆਪਾਂ ਇਹਨੂੰ ਚਲਾ ਕੇ ਦੇਖਾਂਗੇ ਕਿੰਨੀ ਕੁ ਭੱਜਦੀ ਹੈ ਇਹ। ਆਹ ਦੇਖੋ ਬਾਹਰਲੇ ਜਿਹੜੇ ਸ਼ੀਸ਼ੇ ਨੇ, ਜਿਵੇਂ ਸਕੋਰਪੀਓ ਦੇ ਮੇਰੀ ਬਰਨਾ ਦੇ ਵੀ ਲੱਗ ਆਉਂਦਾ, ਹੈ ਨਾ, ਉਹ 2009 ਮਾਡਲ ਹੈ ਇਹਦੇ, ਜਦ ਵੀ ਆਉਂਦਾ ਸੀਗਾ,
ऑटोमैटिक है, सारी अप एक बार डाउन करे तो सारा शीशा डाउन, एक बार अप करे तो सारा शीशा अप हो जाता। ये स्कॉर्पियो के फंक्शन हैगा सी, बाकी आ सारे फंक्शन है वरना वाले ने। सब तो जो मेन फंक्शन तुम मैं दिखा भी यदा बहुत नज़ारा, ये ऑटोमैटिक ने। मैं जब मैं देखा भी सीट एडजस्ट करनी है ना, सारी सीट जिनी भी एडजस्ट अगे पिछे करनी आ, देखो पिछे हो रही है हुण अगे हो रही है, तो आ देखो जा रही है पिछे, ठीक है जी। तो हुण देखो तो इतों देखते हैं आप कि होंगी, और इतों हो जी कला जी अपनी टू है पिछे पिछली सीट होगी जी, देखो हुण जाऊगी पिछे नूं, चल चल देखा कितने तक जाती है। मैनू लगता जी ये रैसट मोड से चली गई, जिमें आप जो रैसट करनी हो ना, यह हैगा जी यदा रैसट मोड, तो हूँ इनू आप कर दें। तो लो जी ये होगी हूँ ड्राइविंग मोड के है ना, तो अगला पिछला होंगे जानी ए ना ना नज़ारा, मतलब ए नहीं है भी बटन दबने पैणगे, कई बार बटन दबो आपकी सीट एडजस्ट करो। गेरे दे पंज आउंदे ने जी, क्योंकि जद गड्डियां दे सारियां तकरीबन पंजे आउंदे सीगे, ते आ बटन थोड़ा जिहा खराब होया पिया, स्क्रीन जद LED स्क्रीन तां किसे दी नहीं आउंदी सीगी, ते उरे डिस्क पैंदी आ, ते जद तां चलो डिस्कां दे कम हुंदा सीगा क्योंकि डिस्कां चलदियां सी ना, जद तां आ सिस्टम इत्थों ओपन हो जांदा जी, फिर नीचे ओपन हो जांदा, इहदे विच समान धरिया जांदा, ते इहनूं आपां इत्थे ला दांगे, ठीक है जी। ये मतलब आर्म रैसट भी बन जाता, देखो अगे आर्म रैसट बन गया, आ देखो बाई ने टॉफियां धरिया हुई ने बिच, जे किसी ने खानिया ने तो खा लो। इत्थे आपां बंद करता जी, बड़क वर दबो ओपन है ना, तो थोड़े जे पंगे लैके देखते हैं, तो आ भी बंद हो जाता, पुश करे ते हो गया जी बंद, इनू पुश करो ओपन हो गया, इनू आपां कर दिंदे आ बंद। तो आ जड़े फंक्शन ने आवाज़ घट वध दे, चैनल अगे गाना अगे पिछे करना, मोड चेंज हो जाता, ठीक है। ये उदों ने तुसी ये ना सोचो भी बहुत ज़्यादा फंक्शन, ये मतलब गल ये आ ना भी उस टाइम की गड्डी दे विच, ठीक है। तो एयरबैग उही जड़ा SRS दा एयरबैग आउंदा, आ देखो देखो एयरबैग भी है, ये चार या दो एयरबैग हो गए, मैंने यानी एयरबैग बारे क्लीयर नहीं पता है। डैशबोर्ड आ ना तुसी देखो मलाई वर्गा पिया, सॉफ्ट सॉफ्ट पिया, ए गड्डी दी ना क्वालिटी बहुत अच्छी आ। तो चलो आप गेड़ा ला के आने है ना, लो जी RP भी आ गया, मैं RP नूं कहा मगा जा तेनू गेड़ा दबा के लेके आवां, मैं गड्डी बंद करके बैठा सी, मैं गर्मी गर्मी हो गया ते गड्डी दा AC चल पिया, ते चलो गड्डी आप बैक करते हैं। ड्राइवर सीट होंदी आ बताउण लई, इहदे विच जी मैनूं लगदा ना शायद जिहड़ा मसाज सिस्टम हुंदा ओह भी इहदे विच हैगा, जां सीटां विच हीटिंग सिस्टम भी हैगा। गड्डी की आवाज़ नहीं आती, पेट्रोल गड्डी है बिल्कुल साइलेंट है, 20-25 लाख की होंगी थी उस टाइम, तो हूँ बेशक इहदा रेट घट है, पर जदों आपां गड्डी चलाउने आ ना तो फीलिंग भाई 20-25 लाख वाली आउंदी आ, निकलती आ भाई सालों, जब मैं रेस ते पैर रखदा ना तो मान लो भी पिकअप बहुत आ। चलो आपां इहनूं रोड ते भजा के देखते हैं, हूँ 5th गेयर दे विच आ जी, ये देख लो 80 ते जांदी आ, बाली तां नहीं मैं भजाउंदा क्योंकि हाथ च मोबाइल भी है, तो मैनू सही भी नहीं है आप गड्डी भजानी, इन्नी पिकअप चैक करनी सी, पिकअप आप चैक कर रहे हैं यदि, तो आ देखो RP बैठा है। RP की फीलिंग आ रही है, नज़ारा आ रहा जमी स्मूथ जा रही है, ऐ नहीं है भी थोड़े डिकडोले जे नहीं खादी होंगे गड्डिया, क्योंकि सड़क से थोड़े जे डिकडोले आते हैं, पर फिर भी ये गड्डी के पिछे जमे नहीं आ रहे, पता भी नहीं लग रहा, इन्नी मतलब हैवी गड्डी है, तो कंट्रोल बहुत है, ABS सिस्टम सारा कुछ लग्या हुआ है, तो आप मोड़ के लेके आवेंगे वो उतो थोड़ा जहा, हम आप इन इतों मोड़ लीए जी, तो तुम डैशबोर्ड देख दे सकते हो ना कि जिथे मैं बैठा मैनू ए लगता भी बहुत दूर दूर डैशबोर्ड है, काफ़ी व्डा लगता, तो इतों आप जी इन यूटर्न मार लें। मेरे को स्कॉर्पियो रखी होंगी सी, ओदी कटाई बाली सी, पर इन्नी लंबी नहीं हैगी, ज़्यादा लंबी आ क्योंकि ये सडान दे विच आ गई ना, तो क्योंकि यदि एक जी बूट स्पेस है, बूट स्पेस बहुत, आप जाके उत्ते खड़ांगे फिर थोड़ा मैं यदि बूट स्पेस दिखाऊंगा भी किन्नी का, तो लीटर के जोड़ा डिटेल देंगे होंगे वो तो नहीं पता अपन भी किन्नी का, आप भी अपनी गड्डी का AC परसों जाना जी मोगे, मोगे करा के लेके आवेंगे, जोड़े मशहूर ने मॉडर्न वाले, अच उन्हें गल हुई सी रेट का भी काफ़ी फर्क है, 5-6 हज़ार का फर्क है, इनू लाना अपने घर, तो आप करते उ खड़ के गलबात।
ਜੇ ਇਹਨੂੰ ਆਪਾਂ 80 ਦੀ ਸਪੀਡ ਤੇ ਚਲਾਈਏ ਤਾਂ ਇਹ 13 ਕਿਲੋਮੀਟਰ ਦੀ ਐਵਰੇਜ ਕੱਢੀ ਜਾਂਦੀ ਆ। ਬਿਲਕੁਲ ਸਹੀ ਤਰੀਕੇ ਨਾਲ ਚਲਾਈਏ, ਇਕਨੋਮੀ ਦੇ ਵਿੱਚ ਚਲਾਈਏ। ਜੇ ਆਪਾਂ ਇਹਨੂੰ ਫੁੱਲ ਫੈਂਟ ਕੇ ਚਲਾਵਾਂਗੇ 120 ਬੂ ਤੇ 80 ਔਰ 100 ਤੇ ਤਾਂ ਕੋਈ ਵੱਡਾ ਫਰਕ ਨਹੀਂ, ਚਲੋ 120 ਤੇ ਚਲਾਵਾਂਗੇ ਤਾਂ ਥੋੜੀ ਜਿਹੀ 11 ਦੀ ਮਤਲਬ 2 ਕਿਲੋਮੀਟਰ ਦੀ ਐਵਰੇਜ ਘੱਟ ਸਕਦੀ ਆ, ਜ਼ਿਆਦਾ ਫਰਕ ਨਹੀਂ ਪੈਂਦਾ। ਜਿਹੜੀ ਆਪਾਂ ਇਹਦੀ ਐਵਰੇਜ 12 ਜਾਂ 13 ਦੀ ਕਹਿ ਸਕਦੇ ਹਾਂ ਵੀ ਇੰਨੀ ਕੁ ਐਵਰੇਜ ਹੈ ਇਹਦੀ, ਕਿਉਂਕਿ ਹੈਗੀ ਵੀ ਇਹ ਪੈਟਰੋਲ ਗੱਡੀ ਆ, ਇੰਜਨ ਵੱਡਾ ਹੋਣ ਕਰਕੇ ਪਿਕਅਪ ਜ਼ਿਆਦਾ ਆ, ਹੈ ਨਾ, ਇੰਜਨ ਵੱਡਾ ਪਾਵਰਫੁਲ ਇੰਜਨ ਹੈ, ਤਾਂ ਕਰਕੇ ਫਿਰ ਐਵਰੇਜ ਤਾਂ ਦੇਖੋ ਘਟਣੀ ਓ ਘਟਣੀ ਆ। ਕਿਉਂਕਿ ਜਿਹਨੇ ਬੁਲਟ ਰੱਖਣੇ ਨੇ, ਜਿਹਨੇ ਫੋਰਚੂਨਰ ਸਕੋਰਪੀਓ ਰੱਖਣੀਆਂ ਨੇ, ਐਡੇਡੀਆਂ ਲੰਬੀਆਂ ਗੱਡੀਆਂ ਰਿਕਾਰਡ ਵਰਗੀਆਂ ਰੱਖਣੀਆਂ, ਫਿਰ ਉਹ ਫਿਰ ਐਵਰੇਜ ਤਾਂ ਸੋਚਦਾ ਨਹੀਂ ਸੀਗਾ, ਹੈ ਨਾ। ਆਪਣੀ ਨਾ ਸੜਕ ਟੁੱਟੀ ਜਿਹੀ ਹੋਈ ਆ, ਮੈਂ ਨਾ ਉੱਪਣੇ ਮਤਲਬ ਉੱਪਰ ਦੀ ਉਹ ਨੰਘਾਤੀ, ਮੈਂ ਹਮੇਸ਼ਾ ਗੱਡੀ ਸਲੋ ਕਰਦਾ ਹੁੰਦਾ ਜਦੋਂ ਉਹ ਜੰਪ ਆਉਂਦਾ, ਉਦੋਂ ਮਤਲਬ ਮੈਨੂੰ ਐਂ ਨਹੀਂ ਲੱਗਿਆ ਹੈਗਾ ਵੀ ਬਹੁਤ ਵੱਡੇ ਜੰਪ ਨੇ, ਥੋੜ੍ਹਾ ਜਿਹਾ ਪਤਾ ਲੱਗਦਾ ਕਿਉਂਕਿ ਸਸਪੈਂਸ਼ਨ ਬਹੁਤ ਤਕੜੀ ਆ, ਐਵੇਂ ਲੰਘੀ ਜਾਂਦੀ ਹੈ, ਯਾਨੀ ਆਪਾਂ ਨੰਘਾ ਸਕਦੇ। ਜੇ ਜਿਹੜਾ ਜ਼ਿਆਦਾ ਵੱਡਾ ਟੋਆ ਉਹ ਦੇਖੋ ਉਹ ਤਾਂ ਗਲਤ ਆ, ਹੈ ਨਾ, ਕਿ ਇਹਦੀ ਡਰਾਈਵ ਨਾ ਸਮੂਥ ਬਹੁਤ ਆ। ਮੰਮੀ ਦੇਖੀ ਵੀ ਕੌਣ ਆ ਗਿਆ ਵੀ, ਇਹ ਗੱਡੀ ਆਪਣੀ ਤਾਂ ਹੈ ਨਹੀਂ, ਮੰਮੀ ਨੂੰ ਐਂ ਲੱਗਿਆ। ਲੋ ਗਾਇਜ਼, ਡਿੱਗੀ ਖੋਲੀ ਮੈਂ ਇਹਦੀ, ਦੇਖੋ ਕਿੰਨੀ ਵੱਡੀ ਡਿੱਗੀ ਆ, ਪਤੰਗ ਪਿਆ ਉਹਦਾ। ਵਰਨਾ ਦੀ ਵੀ ਕਾਫੀ ਵੱਡੀ ਡਿੱਗੀ ਆ, ਵਰਨਾ ਦੀ ਥੋੜੀ ਜਿਹੀ ਡੂੰਗੀ ਆ, ਪਰ ਇਹਦੀ ਜੇ ਡਿੱਗੀ ਆਪਾਂ ਕਹੀਏ ਨਾ ਕਾਫੀ ਦੂਰ ਤੱਕ। ਆਹ ਨਹੀਂ ਪਤਾ ਕੀ ਲੱਗਿਆ ਹੋਇਆ, ਦੇਖੋ ਖੁੱਲਦਾ ਇਹ ਹੈਗਾ ਕਿ ਜਾਣੀ ਕਿਸੇ ਕੰਮ ਨੂੰ ਆ, ਤੇ ਆਈ ਡੋਂਟ ਨੋ ਵੀ ਕਿਸ ਕੰਮ ਆਉਂਦਾ ਇਹ। ਵੀ ਤੁਸੀਂ ਵਾਇਰਿੰਗ ਦੇਖ ਸਕਦੇ ਹੋ ਨਾ ਕਿੰਨੀ ਕਮਾਲ ਦੀ ਹੁੰਦੀ ਹੈ ਗੱਡੀਆਂ ਦੀ, ਵੀ ਜਿਹੜੇ ਕੰਪਨੀ ਫਿਟਡ ਚੀਜ਼ਾਂ ਹੁੰਦੀਆਂ ਨੇ ਉਹ ਕੰਪਨੀ ਫਿਟਡ ਹੁੰਦੀਆਂ ਨੇ ਕਿਸੇ ਵੀ ਗੱਡੀ ਦੀਆਂ। ਇਹਦਾ ਨਾ ਲੋਹਾ ਇੰਨਾ ਭਾਰੀ ਆ ਗਾਇਜ਼, ਇਹਦੀ ਚਾਬੀ ਦੇਖੋ, ਚਾਬੀ ਇਹ ਤਿਆਰ ਕਰਵਾਈ ਆ ਬਾਈ ਨੇ ਨਵੇਂ ਮਾਡਲ ਦੇ ਵਿੱਚ, ਜਿਵੇਂ ਹੰਡਈ ਦੀ ਚਾਬੀ ਆਉਂਦੀ ਆ ਉੱਦਾਂ ਚਾਬੀ ਆ ਇਹ। ਆਹ ਨਾ ਦੇਖੋ ਜੀ, ਸਾਰੀ ਲੈਦਰ ਫਿਟਿੰਗ ਆ ਬਾਈ, ਥੋੜ੍ਹੀ ਜਿਹੀ ਸਾਫ਼ ਕਰਨ ਵਾਲੀ ਆ, ਆਹ ਪਲਾਸਟਿਕ ਹੈ, ਆਹ ਸਾਰਾ ਲੈਦਰ ਫਿਟਿੰਗ ਹੈ। ਆਹ ਤੁਹਾਨੂੰ ਲੱਗਦਾ ਹੋ ਵੀ ਇਹ ਪਲਾਸਟਿਕ ਹੈ, ਪਰ ਇਹ ਮੈਂ ਦੱਬ ਕੇ ਦੇਖਿਆ ਲੈਦਰ ਲੱਗਿਆ ਹੋਇਆ, ਸਾਰੀ ਲੈਦਰ ਫਿਟਿੰਗ ਹੈ ਇਹ, ਆਹ ਵੀ ਲੈਦਰ ਹੈ ਅਤੇ ਆਹ ਵੀ ਲੈਦਰ ਹੈ। ਅਤੇ ਆਹ ਚੀਜ਼ ਨਾ ਬਹੁਤ ਵਧੀਆ ਇਹ ਗੱਡੀਆਂ ਦੇ ਹੁਣ ਦੇ, ਕਈਆਂ ਗੱਡੀਆਂ 'ਤੇ ਹਲੇ ਵੀ ਨਹੀਂ ਆਉਂਦੀ ਹੈਗੀ, ਇਹ ਬਹੁਤ ਜ਼ਰੂਰੀ ਚੀਜ਼ ਆ। ਕਿਉਂਕਿ ਜਦ ਆਪਾਂ ਡੋਰ ਖੋਲਦੇ ਹਾਂ ਰਾਤ ਦੇ ਟਾਈਮ, ਹੈ ਨਾ, ਫਿਰ ਜਿਹੜਾ ਪਿੱਛੇ ਕੋਈ ਵੀ ਮੋਟਰਸਾਈਕਲ ਆਉਂਦਾ, ਗੱਡੀ ਆਉਂਦੀ, ਉਹਨੂੰ ਪਤਾ ਲੱਗ ਜਾਂਦਾ ਵੀ ਡੋਰ ਓਪਨ ਹੈ ਗੱਡੀ ਦਾ। ਜਿਹੜੀਆਂ ਬਾਹਰਲੀਆਂ ਗੱਡੀਆਂ ਨੇ, ਜਿਵੇਂ ਮਤਲਬ ਆਪਾਂ ਬਾਹਰਲੇ ਦੇਸ਼ਾਂ 'ਚ ਕਹਿੰਦੇ ਹਾਂ, ਉਹਨਾਂ ਦੇ ਜ਼ਿਆਦਾ ਹੁੰਦਾ ਹਰੇਕ ਗੱਡੀ 'ਤੇ, ਇੱਥੇ ਲਾਈਟ ਆ, ਇਹ ਮਤਲਬ ਲਗਜ਼ਰੀ ਗੱਡੀਆਂ ਦੀ ਨਿਸ਼ਾਨੀ ਹੁੰਦੀ ਆ, ਜਿਹੜੀ ਆ ਪਿੱਛੇ ਲਾਈਟ ਦਿੰਦੇ ਆ। ਤੁਸੀਂ ਦੇਖੋ ਵੀ ਬਿਲਕੁਲ ਪਿੱਛੇ ਇਹ ਲਾਈਟ ਪਿਛਲੇ ਬੰਦਿਆਂ ਵਾਸਤੇ। ਅਤੇ ਗਾਇਜ਼ ਚਲੋ ਮੈਂ ਬਾਈ ਦੀ ਗੱਡੀ ਛੱਡ ਕੇ ਆਉਣਾ, ਅਤੇ ਮੰਮੀ ਵੀ ਜਾ ਰਹੀ ਆ, ਉੱਥੋਂ ਅਸੀਂ ਸਕੂਟਰ ਚੱਕ ਲਾਂਗੇ, ਮੰਮੀ ਨੇ ਕਿਤੇ ਕੰਮ ਜਾਣਾ, ਉੱਥੋਂ ਕੰਮ ਫਿਰ ਸਕੂਟਰ ਚੱਕ ਕੇ ਅਸੀਂ ਘਰ ਵਾਪਸ ਆ ਜਾਵਾਂਗੇ। ਆਪਾਂ ਚੱਕੀਏ ਹੁਣ ਆਪਣੇ ਵਾਲਾ ਸਕੂਟਰ, ਗੱਡੀ ਰੱਖ ਲਾਂ ਫਿਰ ਮੈਂ ਤੇਰੀ, ਹੈਂ, ਮੈਂ ਪੈਸੇ ਤਾਂ ਦੇ ਤੇ ਤੁਹਾਨੂੰ, ਮੈਂ ਦੇ ਤੇ ਤੇਰੇ ਡੈਡੀ ਨੂੰ ਖਾਤੇ 'ਚ, ਪਾ ਤੇ ਮੈਂ। ਆਹ ਦੇਖ ਚਾਬੀ ਮੇਰੇ ਕੋਲ ਹੈ, ਆਹ ਦੇਖ ਚਾਬੀ ਮੇਰੇ ਕੋਲ ਹੈ, ਨਹੀਂ ਮੈਂ ਲੈ ਕੇ ਜਾ ਰਿਹਾ, ਬਸ ਚਾਬੀ ਮੈਂ, ਤੂੰ ਨਾ ਤੂੰ ਖੋਲੇਂਗਾ ਯਾਰ ਚਾਬੀ, ਨਹੀਂ ਤੂੰ ਖੋਲੇਂਗਾ ਚਾਬੀ ਯਾਰ, ਲੜਦੇ ਨਹੀਂ ਹੁੰਦੇ। ਸਕੂਟਰ ਪਤਾ ਕੀ ਕਰਿਆ, ਸਕੂਟਰ ਤੇਰੇ ਡੈਡੀ ਨੂੰ ਦੇਤਾ, ਥੋੜੇ ਜਿਹੇ ਪੈਸੇ ਦੇ ਤੇ। ਗਾਇਜ਼ ਇੱਕ ਫਰੈਂਡ ਦਾ ਕਮੈਂਟ ਆਇਆ ਸੀਗਾ ਵੀ ਇੱਕ ਸ਼ੋਟ ਪਾਓ ਬੁਲਟ ਦੇ ਪੜਾਕੇ ਦਾ, ਅਤੇ ਮੈਂ ਬੁਲਟ ਕੱਢਦਾ ਅਤੇ ਆਪਾਂ ਦੇਖਦੇ ਹਾਂ। ਪਹਿਲਾਂ ਤਾਂ ਮੈਂ ਬਹੁਤ ਟਾਈਮ ਹੋ ਗਿਆ ਜਾਂ ਪੜਾਕੇ ਵਜਾਏ ਵੀ ਨੇ, ਇੰਨੇ ਵੀ ਨਹੀਂ, ਦੇਖਦੇ ਹਾਂ ਵੀ ਬੁਲਟ ਦਾ ਪੜਾਕਾ ਹੁਣ ਵੱਜਦਾ ਕਿ ਨਹੀਂ ਵੱਜਦਾ। ਪਹਿਲਾਂ ਤਾਂ ਉਹਨੂੰ ਕੱਢਦੇ ਹਾਂ, ਫਿਰ ਗਰਮ ਕਰਦੇ ਹਾਂ ਥੋੜ੍ਹਾ ਜਿਹਾ, ਫਿਰ ਵਜਾ ਕੇ ਦੇਖਦੇ ਹਾਂ, ਠੀਕ ਆ। ਅਤੇ ਕੱਢਦੇ ਹਾਂ ਬੁਲਟ, ਫਿਰ ਆਪਾਂ ਵਜਾ ਕੇ ਦੇਖਾਂਗੇ ਤਾਂ ਪਟਾਕਾ। ਲਓ ਜੀ ਮਿੱਤਰੋ, ਅਤੇ ਗੱਲ ਇਹ ਆ ਕਿ ਆਪਾਂ ਬੁਲਟ ਕੱਢ ਲਿਆ ਬਾਹਰ, ਉੱਥੋਂ ਥੋੜ੍ਹੀਆਂ ਰੇਸਾਂ ਦੇਖ ਕੇ ਦੇਖੀਆਂ, ਪਰ ਹਾਲੇ ਨਾ ਗਰਮ ਹੋ ਲੈਣ ਦਿਓ। ਅਤੇ ਆਵਾਜ਼ ਦੇਖੋ, ਦੇਖੀ ਆਵਾਜ਼ ਇੰਨੀ ਕੁ ਸੈੱਟ ਆ ਨਾ ਬੁਲਟ ਦੀ, ਇੱਕ ਗੇਅਰ ਅਤੇ ਇੱਕ ਆਵਾਜ਼ ਬਹੁਤ ਸੈੱਟ ਆ। ਦੇਖੀ ਗਾਇਜ਼ ਆਵਾਜ਼ ਇਹਦੀ, ਪਟਾਕਾ ਨਹੀਂ ਹਾਲੇ ਮੈਂ ਮਰਵਾਇਆ, ਕਿਉਂਕਿ ਮੋਬਾਈਲ ਫੜਨ ਵਾਲਾ ਨਹੀਂ ਹੈਗਾ ਸੀਗਾ। ਹੁਣ ਦੇਖੋ ਗਾਇਜ਼, ਹੁਣ ਪਾਪਾ ਪਟਾਕੇ ਵਜਾਉਣਗੇ, ਮੈਂ ਤਾਂ ਆਪਣੇ ਕੰਨ ਬੰਦ ਕਰ ਲੈਂਦਾ। ਬੰਦ ਹੋ ਗਿਆ ਪਰ ਪਟਾਕਾ ਨਹੀਂ ਮਾਰਿਆ, ਤੇ ਚਲੋ ਇੱਕ ਵਾਰ ਹੋਰ ਟਰਾਈ ਕਰਕੇ ਦੇਖ ਲਾ, ਮੈਂ ਸਟਾਰਟ ਕਰਦਾ ਇਹਨੂੰ।